ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਦਾਰਾ ਚੜ੍ਹਦੀ ਕਲਾ ਲਈ ਇਹ ਬੜੇ ਫਖਰ ਵਾਲੀ ਗੱਲ ਹੈ ਕਿ ਚੜ੍ਹਦੀ ਕਲਾ ਅਦਾਰਾ ਦੇ ਬਾਨੀ ਸਿੱਖ ਪੰਥ ਦੇ ਮਹਾਨ ਸੇਵਕ ਗਿਆਨੀ ਹਰਨਾਮ ਸਿੰਘ ਜੀ ਵੱਲੋਂ ਸਿੱਖ ਪੰਥ ਪ੍ਰਤੀ ਕੀਤੀਆਂ ਕੁਰਬਾਨੀਆਂ ਅਤੇ ਮਹਾਨ ਸੇਵਾਵਾਂ ਬਦਲੇ ਸ਼੍ਰੋਮਣੀ ਕਮੇਟੀ ਵੱਲੋਂ 5 ਜੂਨ ਨੂੰ ਉਹਨਾਂ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀ ਗਈ। ਗਿਆਨੀ ਹਰਨਾਮ ਸਿੰਘ ਜੀ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕਰਨ ਦੀ ਰਸਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ। ਇਸ ਮੌਕੇ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਨੇ ਸੰਗਤ ਨੂੰ ਹਰ ਜਸ ਸਰਵਣ ਕਰਵਾਇਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਜੀ ਤੋਂ ਇਲਾਵਾ ਪੰਥ ਪ੍ਰਸਿੱਧ ਸ਼ਖਸੀਅਤਾਂ ਹਾਜ਼ਰ ਸਨ। Thank you.
Thank you.
श्री भगवती जी सहाय वार श्री भगवती जी की पातशाही दसवीं प्रथम भगवती सिमरका गुरु नानक लई ते आए फिर अंगद गुरते अमरदास रामदास हुई सहाय हर जन हर गोबिंद नो सिमरो श्री हर राय श्री हर कृष्ण ते आई आ जिस डुठै सब दुख जाए तेग बहादुर सिमरिया कर नौ नित आवै ताए सब थाई होए सहाय दसवें पातशाह श्री गुरु गोबिंद सिंह साहिब जी सब थाई होए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान धरके बोलो जी ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿਆਵੇ ਜਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤੇ ਉੱਚੇ ਮਤ ਪਦ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ
ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਵਾਕ ਹਨ ਸੇਵਕ ਕਉ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਦੇ ਮਹਾਵਾਕੇ ਅਨੁਸਾਰ ਆਪ ਜੀ ਦੇ ਦਰ ਕਰਦੇ ਸੇਵਾਦਾਰ ਗਿਆਨੀ ਹਰਨਾਮ ਸਿੰਘ ਜੀ ਦਰ ਦੀ ਬਾਨੀ ਰੋਜ਼ਾਨਾ ਚੜ੍ਹਦੀ ਕਲਾ ਟਾਈਮ ਟੀਵੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਸ਼ਹੀਦ ਭਾਈ ਗਿਆਨ ਸਿੰਘ ਜੀ ਤਿੰਨਾਂ ਦੇ ਵੱਲੋਂ ਕੀਤੀਆਂ ਹੋਈਆਂ ਪੰਥ ਵਿੱਚ ਮਹਾਨ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਤਿਨ੍ਹਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਜਾ ਰਹੀਆਂ ਹਨ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਹੈ। ਗੁਰਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਪੜ੍ਹੀ ਸੁਣੀ ਗੁਰਬਾਣੀ ਦਾ ਮਹੱਤਮ ਦਰਤੇ ਆਈ ਸਰਬੱਤ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੇ ਸਿਦਕ ਭਰੋਸਾ ਨਾਮਦਾਨ ਅੰਮ੍ਰਿਤ ਵੇਲੇ ਦੀ ਜਾਗਰਤਾ ਨਿਤ ਨੇਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਕਿਰਪਾ ਕਰਨੀ ਜੋ ਮਹਾਨ ਸੇਵਾਵਾਂ ਆਪ ਜੀ ਨੇ ਸਿੱਖ ਪੰਥ ਦੀ ਸਿਰਮੌਰ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਖਸ਼ਿਸ਼ ਕੀਤੀਆਂ ਹਨ, ਕਿਰਪਾ ਕਰਕੇ ਆਪ ਕਰਵਾ ਲੈਣੀਆਂ, ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਜੀ ਇਸ ਵੇਲੇ ਸਿੰਘ ਸਾਹਿਬ ਜੀ ਪ੍ਰਧਾਨ ਜੀ ਅਤੇ ਬੇਅੰਤ ਸੰਗਤਾਂ ਹਾਜ਼ਰ ਹਨ, ਕਿਰਪਾ ਕਰੋ ਤਸਵੀਰਾਂ ਤੋਂ ਪਰਦਾ ਅਦਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਆਪ ਜੀ ਦੇ ਹਾਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ। ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਅੱਗੇ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗੇ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਜੀ ਨੇ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦੀ ਜੀਵਨੀ ਬਾਰੇ ਆਪਣੇ ਵਿਚਾਰ ਰੱਖੇ। ਪਰਮ ਸਨਮਾਨ ਯੋਗ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤੇ ਅਨੁਸਾਰ ਤਿੰਨ ਗੁਰਮੁਖਾਂ ਪਿਆਰਿਆਂ ਦੀਆਂ ਤਸਵੀਰਾਂ ਸ਼ੋਭਿਤ ਕਰਨ ਵਾਸਤੇ ਸਤਿਕਾਰ ਦੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੇਵਾਵਾਂ ਨਿਭਾਈਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਜੀ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਇਸ ਤਰ੍ਹਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਔਰ ਇਸ ਤਰ੍ਹਾਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਖਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਪਹੁੰਚੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬਾਨ ਡਾਕਟਰ ਰੂਪ ਸਿੰਘ ਜੀ, ਸਰਦਾਰ ਮਨਜੀਤ ਸਿੰਘ ਜੀ, ਸਰਦਾਰ ਜਗਜੀਤ ਸਿੰਘ ਜੀ, ਪੀ ਏ ਪ੍ਰਧਾਨ ਸਾਹਿਬ ਜੀ ਅਤੇ ਦਰਬਾਰ ਸਾਹਿਬ ਜੀ ਦੇ ਮੈਨੇਜਰ ਸਰਦਾਰ ਜਸਵਿੰਦਰ ਸਿੰਘ ਜੀ, ਔਰ ਕੇਂਦਰੀ ਸਿੱਖ ਅਜਾਇਬ ਘਰ ਦੇ ਇੰਚਾਰਜ ਸਰਦਾਰ ਇਕਬਾਲ ਸਿੰਘ ਜੀ ਮੁਖੀ, ਬੀਬੀ ਇੰਦਰਜੀਤ ਕੌਰ ਸੰਸਥਾ ਪਿੰਗਲਵਾੜਾ ਦੇ ਮੁਖੀ, ਬੇਅੰਤ ਸਿੱਖ ਸੰਗਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਦਰਬਾਰ ਸਾਹਿਬ ਜੀ ਦੇ ਮੁਲਾਜ਼ਮ ਹਾਜ਼ਰ ਹਨ, ਸਰਦਾਰ ਬਾਬਾ ਸਿੰਘ ਜੀ ਗੁਮਾਨਪੁਰਾ ਮੈਂਬਰ ਸਾਹਿਬਾਨ ਉਹ ਵੀ ਸੱਜ ਬੈਠੇ ਹਨ। ਸੰਗਤ ਜੀ, ਅੱਜ ਤਿੰਨ ਤਸਵੀਰਾਂ ਸ਼ੋਭਿਤ ਹੋਣੀਆਂ ਨੇ। ਗਿਆਨੀ ਹਰਨਾਮ ਸਿੰਘ ਜੀ ਦਰਦੇ, ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਸੀ, ਉਹਨਾਂ ਨੇ ਪੰਥ ਦੇ ਦਰਦ ਨੂੰ ਮੁੱਖ ਰੱਖਦਿਆਂ ਰੋਜ਼ਾਨਾ ਟੈਮ ਟੀ ਵੀ ਦੀ ਆਰੰਭਤਾ ਕੀਤੀ, ਜੋ ਅੱਜ ਉਹਨਾਂ ਦੇ ਹੋਣਹਾਰ ਸਪੁੱਤਰ ਸਰਦਾਰ ਜਗਜੀਤ ਸਿੰਘ ਜੀ ਦਰਦੀ ਬੜੀ ਚੜ੍ਹਦੀ ਕਲਾ ਦੇ ਨਾਲ ਟੈਮ ਟੀ ਵੀ ਦੁਆਰਾ ਸਿੱਖ ਸੰਗਤਾਂ ਦੀ ਮਹਾਨ ਸੇਵਾ ਨਿਭਾ ਰਹੇ ਨੇ। ਜਿੱਥੇ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਰੋਜ਼ਾਨਾ ਹੀ ਟੈਮ ਟੀ ਵੀ ਚੈਨਲ ਤੋਂ ਆਪ ਜੀ ਕਥਾ ਕੀਰਤਨ ਸਰਵਣ ਕਰਦੇ ਹੋ, ਉੱਥੇ ਹਰੇਕ ਸਮਾਗਮ ਦੇ ਅੰਦਰ ਇਹਨਾਂ ਵੱਲੋਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਜਥੇਦਾਰ ਗੁਰਦੇਵ ਸਿੰਘ ਜੀ ਖਾਂ ਕੇ ਬੜੀ ਚੜ੍ਹਦੀ ਕਲਾ ਵਾਲਾ ਗੁਰਪਿਆਰਾ ਗੁਰਸਿੱਖ ਸੀ। ਸੰਗਤ ਜੀ 1984 ਤੋਂ ਬਾਅਦ ਉਹ ਇੱਥੇ ਸੇਵਾ ਨਿਭਾਉਂਦੇ ਰਹੇ। ਮੈਨੂੰ ਯਾਦ ਹੈ ਮੈਂ ਉਦੋਂ ਇੱਥੇ ਅਖੰਡ ਪਾਠ ਜੀ ਦੀ ਸੇਵਾ ਨਿਭਾ ਰਿਹਾ ਸਾਂ ਦਰਬਾਰ ਸਾਹਿਬ ਵਿਖੇ, ਅਤੇ ਅਖੰਡ ਪਾਠ ਜੀ ਦੀ ਭੇਟਾ 25 ਰੁਪਈਏ ਸੀ। ਅਸੀਂ ਸਾਰੇ ਅਖੰਡ ਪਾਠੀ ਸਿੰਘਾਂ ਨੇ ਇਕੱਤਰ ਹੋ ਕੇ ਜਥੇਦਾਰ ਗੁਰਦੇਵ ਸਿੰਘ ਜੀ ਕਾਉਂ ਕੇ ਨੂੰ ਬੇਨਤੀ ਕੀਤੀ ਵੀ ਕਿਰਪਾ ਕਰਕੇ ਸਾਡੀ ਅਖੰਡ ਪਾਠੀ ਸਿੰਘਾਂ ਦੀ ਭੇਟਾ ਵਧਾਓ। ਉਹਨਾਂ ਨੇ ਅਗਲੇ ਦਿਨ ਗੁਰਦੁਆਰਾ ਝੰਡਾ ਬੰਗਾ ਸਾਹਿਬ ਜੀ ਵਿਖੇ, ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਉਸ ਵੇਲੇ ਚੱਲਦੀ ਸੀ, ਇੱਥੇ ਸਾਨੂੰ ਸਾਰੇ ਅਖੰਡ ਪਾਠੀ ਸਿੰਘਾਂ ਨੂੰ ਸੱਦ ਕੇ ਕਿਹਾ ਕਿ ਜਿਨ੍ਹਾਂ ਸਿੰਘਾਂ ਨੂੰ ਨਿਤਨੇਮ ਕੰਠ ਹੈ ਉਹ ਬਾਹਾਂ ਖੜੀਆਂ ਕਰੋ। ਸੰਗਤ ਜੀ, ਉਹਨਾਂ ਦੇ ਵਿੱਚ ਦੋ ਸਿੰਘ ਸੀ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ, ਇੱਕ ਦਾਸ ਅਤੇ ਇੱਕ ਸਿੰਘ ਹੋਰ ਸੀ। ਜਥੇਦਾਰ ਗੁਰਦੇਵ ਸਿੰਘ ਜੀ ਕਾਉਂ ਕੇ ਕਹਿਣ ਲੱਗੇ, ਭੇਟਾ ਤਾਂ ਮੈਂ ਪ੍ਰਧਾਨ ਜੀ ਨੂੰ ਕਹਿ ਕੇ ਵਧਾ ਦਿਆਂਗਾ, ਪਰ ਤੁਸੀਂ ਸਾਰੇ ਗੁਰੂ ਕੇ ਖੰਡ ਪਾਠੀ ਸਿੰਘ ਹੋ, ਘੱਟ ਤੋਂ ਘੱਟ ਤੁਹਾਨੂੰ ਨਿਤਨੇਮ ਤਾਂ ਕੰਠ ਹੋਣਾ ਚਾਹੀਦਾ, ਸਵੇਰ ਅਤੇ ਸ਼ਾਮ ਦਾ ਨਿਤਨੇਮ ਕਰਿਆ। ਸੰਗਤ ਜੀ, ਉਹਨਾਂ ਨੇ ਪਰ ਉਪਕਾਰ ਕੀਤਾ ਪਾਠੀ ਸਿੰਘਾਂ ਦੀ, ਵੀ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਦਾਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਦੇ ਦਿੱਤੀ। ਸੋ ਉਹ ਗੁਰਮੁਖ ਪਿਆਰੇ ਜਥੇਦਾਰ ਗੁਰਦੇਵ ਸਿੰਘ ਜੀ ਬੋਲਿਆ ਕਰਦੇ ਸਨ, ਸੰਗਤਾਂ ਹੁੰਮ ਹੁੰਮ ਆ ਕੇ ਇਕੱਠੀਆਂ ਹੋ ਜਾਂਦੀਆਂ ਸਨ। ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਆ ਗਏ ਹੋਣ, ਜਿਨ੍ਹਾਂ ਨੇ ਸੰਗਤ ਜੀ ਉਸ ਵੇਲੇ ਚੱਲ ਰਹੇ ਸ਼ਹੀਦੀਆਂ ਦੇ ਦੌਰ ਅੰਦਰ
ਸ਼ਹਾਦਤ ਪ੍ਰਾਪਤ ਕੀਤੀ ਔਰ ਉਹਨਾਂ ਦੇ ਹੋਣਹਾਰ ਸੁਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਜੀ ਜੋ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਨੀਤ ਮੰਦਿਰ ਦੀ ਸੇਵਾ ਨਿਭਾ ਰਹੇ ਨੇ, ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਜੀ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਸਮੁੱਚੀ ਕਮੇਟੀ, ਸਕੱਤਰ ਸਾਹਿਬਾਨ, ਮੈਂਬਰ ਸਾਹਿਬਾਨਾਂ ਨੂੰ ਅਤੇ ਸਰਦਾਰ ਜਗਜੀਤ ਸਿੰਘ ਜੀ ਦਰਦੀ, ਸਰਦਾਰ ਗੁਰਪ੍ਰੀਤ ਸਿੰਘ ਜੀ ਨੀਤ ਮੰਦਿਰ ਦਰਬਾਰ ਸਾਹਿਬ ਅਤੇ ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ, ਉਹਨਾਂ ਨਾਲ ਜਿਹੜੇ ਪਿਆਰ ਰੱਖਣ ਵਾਲੇ ਇੱਥੇ ਗੁਰਮੁਖ ਪਿਆਰੇ ਪਹੁੰਚੇ ਨੇ, ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ, ਉਹਨਾਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਖੰਡ ਸ੍ਰੀ ਹਰਿਮੰਦਰ ਸਾਹਿਬ, ਖਾਲਸਾ ਪੰਥ ਦਾ ਕੇਂਦਰੀ ਧਰਮ ਅਸਥਾਨ ਅਤੇ ਇੱਥੇ ਸੁਸ਼ੋਭਿਤ ਖਾਲਸਾ ਪੰਥ ਦਾ ਮਾਣ ਮੱਤਾ ਕੇਂਦਰੀ ਸਿੱਖ ਅਜਾਇਬ ਘਰ, ਅੱਜ ਸਾਡੇ ਪੰਥ ਦੀਆਂ ਸਿਰਮੋਰ ਸ਼ਖਸ਼ੀਤਾਂ, ਦੋ ਮਹਾਨ ਸ਼ਹੀਦਾਂ ਅਤੇ ਮੇਰੇ ਪੂਜਨੀਕ ਪਿਤਾ ਗਿਆਨੀ ਹਰਨਾਮ ਸਿੰਘ ਜੀ ਦੀ ਤਸਵੀਰ ਲਗਾਉਣ ਲਈ ਸਾਰੇ ਇੱਥੇ ਸੁਸ਼ੋਭਿਤ ਹੋਏ ਹਨ। ਮੈਂ ਫਤਿਹ ਅਰਜ਼ ਕਰਕੇ ਆਪਣੀ ਗੱਲ ਸ਼ੁਰੂ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਕੀ ਸਾਧ ਸੰਗਤ, ਅੱਜ ਸਾਨੂੰ ਸਾਰਿਆਂ ਨੂੰ ਆਪਣੀ ਵਿਰਾਸਤ ਜ਼ਰੂਰ ਯਾਦ ਆ ਰਹੀ ਹੋਵੇਗੀ, ਜਦੋਂ ਉਹਨਾਂ ਮਹਾਨ ਪੁਰਸ਼ਾਂ ਦੇ, ਪੰਥ ਦੇ ਮਹਾਨ ਸੇਵਕਾਂ ਦੇ ਚਿੱਤਰ ਇੱਥੇ ਲੱਗ ਰਹੇ ਹਨ ਅਤੇ ਉਹਨਾਂ ਦੇ ਵਾਰਸ ਇੱਥੇ ਸਾਰੇ ਸਵਾਇਮਾਨ ਹਨ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਜੋ ਸਿੱਖਾਂ ਦੀ ਦੁਰਦਸ਼ਾ ਹੋਈ, ਉਸ ਨੂੰ ਦੇਖਦੇ ਹੋਏ ਸ੍ਰੀ ਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਅਰਦਾਸ ਕਰਕੇ ਪੈਦਲ ਹਜ਼ੂਰ ਸਾਹਿਬ ਪਹੁੰਚ ਗਏ। ਦਸ਼ਮੇਸ਼ ਪਿਤਾ ਨਾਲ ਲਿਵ ਲੱਗ ਗਈ, 2 ਸਾਲ ਦੇ ਕਰੀਬ ਉੱਥੇ ਸਿਮਰਨ ਕੀਤਾ ਅਤੇ ਸਤਿਗੁਰੂ ਜੀ ਦਾ ਮਿਲਾਪ ਦਰਸ਼ਨ ਸੰਤ ਜੀ ਮਹਾਰਾਜ ਨੂੰ ਹੋਏ। ਸੰਤ ਜੀ ਮਹਾਰਾਜ ਦੀ ਦਸ਼ਮੇਸ਼ ਪਿਤਾ ਨਾਲ ਗੱਲ ਵੀ ਹੋਈ, ਜੋ ਸਾਰੀ ਉਹਨਾਂ ਨੇ ਬਹੁਤ ਸੁੰਦਰ ਢੰਗ ਨਾਲ ਆਪਣੀ ਜੀਵਨੀ ਵਿੱਚ ਲਿਖੀ ਹੈ ਅਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਜੁਗਤ ਦੱਸੀ ਕਿ ਖਾਲਸਾ ਪੰਥ ਨੂੰ ਦੁਬਾਰਾ ਕਿਸ ਤਰ੍ਹਾਂ ਸੁਰਜੀਤ ਕਰਨਾ ਹੈ। ਅੱਜ ਜਦੋਂ ਮੈਂ ਤੁਹਾਡੇ ਦਰਸ਼ਨ ਕਰ ਰਿਹਾ ਹਾਂ, ਸਤਿਗੁਰ ਨੇ ਮੇਰਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਮੈਨੂੰ ਬੜੇ 60 ਸਾਲ ਦੀ ਖੋਜ ਤੋਂ ਬਾਅਦ 31 ਦਸੰਬਰ 2014 ਨੂੰ ਜਦੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਇਸੇ ਪਵਿੱਤਰ ਅਸਥਾਨ ਉੱਤੇ ਅਰਦਾਸ ਕਰਕੇ ਚੜ੍ਹਦੀ ਕਲਾ ਟਾਈਮ ਟੀ ਵੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਤਾਂ ਮੇਰੇ ਉੱਤੇ ਬਖਸ਼ਿਸ਼ ਹੋਈ। ਸਾਰੀ ਦੁਨੀਆਂ ਦੇ ਵਿੱਚ ਘਰ ਘਰ ਵਿੱਚ ਜਿੱਥੇ ਗੁਰੂ ਨਾਨਕ ਨਾਮ ਲੇਵਾ ਬੈਠਾ ਸੀ, ਜਦੋਂ ਉਹਨਾਂ ਨੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਨੂੰ ਸੁਣਿਆ, ਸਮਝ ਆਈ ਅਤੇ ਉਹਨਾਂ ਨੇ ਦਸਰੇ ਨੂੰ ਅਸੀਸਾਂ ਦਿੱਤੀਆਂ, ਮੇਰੇ ਕਪਾਟ ਖੁੱਲ੍ਹ ਗਏ। ਮੈਨੂੰ ਸਮਝ ਆ ਗਈ ਕਿ ਗੁਰੂ ਦਸ਼ਮੇਸ਼ਿਤਾ ਨੇ ਮੇਰੀ ਵੀ ਡਿਊਟੀ ਲਗਾਈ ਹੈ, ਕਿਉਂਕਿ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ ਸ੍ਰੀ ਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਸਿੱਧੇ ਸਾਡੇ ਘਰ ਆਏ ਸਨ ਅਤੇ ਬਾਪੂ ਬੁੱਧ ਸਿੰਘ ਜੀ ਜੋ ਉਸ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਸਮ ਪਾਤਸ਼ਾਹ ਦੇ ਹੈਰੀਟੇਜ ਵਿਰਾਸਤ ਵਿਭਾਗ ਦੇ ਸਭ ਤੋਂ ਆਲਾ ਅਫਸਰ ਸਨ, ਉਹਨਾਂ ਪਾਸ ਆਏ ਸਨ। ਉਹਨਾਂ ਦੀ ਅਵਸਥਾ ਉਹਨਾਂ ਨੇ 127 ਸਾਲ ਦੀ ਲਿਖੀ ਹੈ। 127 ਸਾਲ ਦੇ ਬਜ਼ੁਰਗ ਨੂੰ ਮਿਲਣ ਲਈ ਸੰਤ ਜੀ ਕਿਉਂ ਆਏ, ਇਹ ਖੋਜ ਕਰਦਿਆਂ ਮੈਨੂੰ 60 ਸਾਲ ਦਾ ਸਮਾਂ ਲੱਗਿਆ। ਫਿਰ ਮੈਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਝੀ ਹੋਈ ਕਿ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਢਹਿੰਦੀ ਕਲਾ ਨੂੰ ਚੜ੍ਹਦੀ ਕਲਾ ਵਿੱਚ ਬਦਲਣ ਵਾਸਤੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਆਪ ਅਸੀਸ ਦੇ ਕੇ ਸਾਡੇ ਘਰ ਭੇਜਿਆ ਸੀ ਅਤੇ ਗੁਰੂ ਕੀ ਸਾਧ ਸੰਗਤ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪੰਥ ਦੀ ਨੁਮਾਇੰਦਾ ਜਥੇਬੰਦੀ, ਉਸ ਦੀ ਸੇਵਾ ਅੱਜ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਕਰ ਰਹੇ ਹਨ, ਮੇਰੇ ਗੁਰ ਭਾਈ ਹਨ। ਅੱਜ ਤੋਂ ਤਕਰੀਬਨ 41 ਸਾਲ ਪਹਿਲਾਂ ਜਦੋਂ ਸ੍ਰੀਮਾਨ ਸੰਤ ਅਰਚੰਦ ਸਿੰਘ ਜੀ ਲੌਂਗੋਵਾਲ ਨੇ ਚੜ੍ਹਦੀ ਕਲਾ ਅਖਬਾਰ ਜੋ ਸਪਤਾਹਿਕ ਪਰਚਾ ਸੀ ਉਸਨੂੰ ਰੋਜ਼ਾਨਾ ਦੇਣ ਵਾਸਤੇ ਅਰਦਾਸ ਕੀਤੀ ਸੀ ਤਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਵੀ ਉਸ ਸਮੇਂ ਸਾਡੇ ਦਫ਼ਤਰ ਵਿੱਚ ਆਏ ਸਨ ਅਤੇ ਜੋ ਬਖਸ਼ਿਸ਼ਾਂ ਰਹਿਮਤਾਂ ਸਤਿਗੁਰ ਦੇ ਦਰਬਾਰ ਵਿੱਚੋਂ ਸ੍ਰੀਮਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੇ ਕੇ ਗਏ, ਉਸੇ ਸਦਕਾ ਅੱਜ ਸਾਰਾ ਸੰਸਾਰ ਚੜ੍ਹਦੀ ਕਲਾ ਅਖਬਾਰ ਰਾਹੀਂ, ਚੜ੍ਹਦੀ ਕਲਾ ਟਾਈਮ ਟੀ ਵੀ ਰਾਹੀਂ ਗੁਰਮਤਿ ਦੀ ਸੋਝੀ ਨੂੰ ਪ੍ਰਾਪਤ ਕਰ ਰਿਹਾ ਹੈ। ਤਾਂ ਇਹ ਵਿਰਾਸਤ ਜੋ ਅਰਦਾਸ ਤੋਂ ਮਿਲੀ ਸੀ
उस विचों एक गल मैं जरूर कहनी चाहवागा कि संत अतर सिंह जी महाराज 9 साल के करीब साढ़े पास रहे अते साढ़े कोल एक नानक चंद रामी लड़के ने अमृत छकिया सी जिसकी उम्र 16 साल के करीब सी अते ओ नानक चंद श्रीमान पंथ रतन श्रीमान मास्टर तारा सिंह बने उन्होंने साढ़े घर साढ़े पास ही अमृत छकिया सी श्रीमान संत अतर सिंह जी महाराज तो नानक चंद तो बने पंथ रतन श्रीमान मास्टर तारा सिंह ने श्रोमणी अकाली दल श्रोमणी गुरुद्वारा प्रबंधक कमेटी ये जो होंद विच आई इस विच बहुत वड्डा योगदान पंथ रतन श्रीमान मास्टर तारा सिंह जी का सी तो ये विरासत है जिस विरासत विचों मेरे दादा जी भाई साधु सिंह जी संत अतर सिंह जी महाराज के हाणी सन दोनों की अवस्था एको जी सी अते सब तो पहला जो अमृत संचार लहर साढ़े घरों शुरू की संत अतर सिंह जी महाराज ने जिस लहर में 14 लाख के करीब सिखा ने गैर सिखा ने अमृत पान किया भी सतगुरु जी ने कृपा करके मेरे बजुर्गों पासों सेवा ली साढ़े घरों ही शुरू हुई तो मेरे ग्रेट ग्रैंडफादर बापू बुद्ध सिंह जी मेरे दादा जी भाई साधु सिंह जी सब तो पहले उन्होंने संत अतर सिंह जी महाराज तो खंडे बाटे का अमृत पान किया भाई साधु सिंह जी ने उस महान सूरवीर योधे जरनैल पंथ के महान सेवक ज्ञानी हरराम सिंह जी को जन्म दिता जिन्होंने सारी उम्र अपना रोम रोम खालसा पंथ को समर्पित किया अते हर समय पंथ तो अपनी शीस को तली उत्ते रख के निछावर करने लिए तैयार रहते सन भावें देश की आज़ादी की गल हुई अंग्रेजों का राज खत्म करने लिए उन्होंने एयरफोर्स बगावत की और देश की आज़ादी तो बाद सरदार त्रिलोचन सिंह मैंबर पार्लीमेंट और मेरे पिता जी इन्होंने हर पंथक मोर्चे विच सब तो अगे होकर कुरबानी करनी 1954 फतेहगढ़ साहब जो पंडित जवाहर लाल नहरू आया तो इन्होंने नौजवानों ने मेरे पिता जी ने सब तो पहला उसके खिलाफ प्रोटेस्ट किया क्योंकि सिख कौम को पंडित नहरू ने जरायम पेशा कौम ऐलान कर दिता सी सब तो पहला प्रोटेस्ट ज्ञानी हरराम सिंह जी ने फतेहगढ़ साहब किया और उस तो बाद हर मोर्चे विच जदों भी आवाज़ आनी सब तो पहला कुरबानी करने लिए निकलते 15 अगस्त 1960 वो डाकूमेंट्री भाई गोबिंद सिंह जी लौंगोवाल ने देखी है जदों पंजाबी सूबे के मोर्चे के डिक्टेटर जथेदार रसपाल सिंह जी जिन्हों की उम्र हूँ 95 साल की है उन्होंने ये गल अज भी याद है कि गुरद्वारा शीश चंद साहब तो उन्होंने ऐलान किया कि कोई है नौजवान जो 15 अगस्त 1960 को लाल किले के उत्ते स्पीच कर रहे प्रधानमंत्री नूं सिखां दीआं मंगां दी याद करवाए और अपनी जान तली दे रख के लाल किले उत्ते जाए तो जथेदार रसपाल सिंह जी ने हुण भी अपने बयान में कहा है कि केवल एक ज्ञानी हरनाम सिंह ने त्रिया जिसने कहा मैं लाल किले के उत्ते जावांगा और पंडित नहरू के सामने मैं पंजाबी सूबा जिंदाबाद का नारा लावांगा और ज्ञानी जी लाल किले उत्ते गए पंडित नहरू जदों स्पीच करन लग्या तो उन्होंने अपनी जान भी परवाह नहीं की तुसी देखते हो आज़ादी वाले दिन कितना उत्थे सुरक्षा का प्रबंध होता है उन्होंने गरज के सब तो पहला बोले सोने हल का जगारा लगाया फिर पंजाबी सूबा जिंदाबाद का जगारा लाया कितने लंबे समय उन्होंने जबर जुलम हुंदा रहा तिहाड़ जेल में कैद रहे लेकिन उन्होंने हिंद नहीं मनी क्योंकि दसम पातशाह बेर भरया हाथ उन्होंने शीश के उत्ते सी उन्होंने बख्शिश हुई उन्होंने सतगुरु जी ने ड्यूटी लाई कि तुम चढ़ती कला अखबार शुरू करके खालसा पंथ में जागृत पैदा करो तो उन्होंने ये अखबार दसम पातशाह के 300 साल पवित्र प्रकाश पुरब वाले दिन अरदास करके गुरद्वारा दूर आनंद साहब पटियाला तो शुरू किया सतगुरु जी की कृपा हुई वो संसार चो भावें चले गए उन्होंने परिवार उत्ते ऐसी बख्शिश हुई कि जो संसार दे विच मीडिया का युग आया ये सोशल मीडिया ये इनफॉर्मेशन टेक्नोलॉजी तो मेरे दोनों बच्चों उत्ते बख्शिश हुई जो वर्ल्ड के लेटेस्ट विद्या है वह दसवेश विदा की बख्शिश नाल इन्होंने उत्थों प्राप्त हुई 7-7 साल बच्चे अमरीका पढ़े और उतों आके इन्होंने नौकरियां नहीं कीतियां इन्होंने बंगला साहब अरदास करके उतों चढ़ती कला टाइम टीवी शुरू किया ये पिछले 12 साल तो लगातार गुरद्वारा बंगला साहब जो सतगुरु हरकृष्ण पातशाह की जारी कला वरत रही है उस संसार देख रहा है अज सारे संसार घर घर अंदर धर्मशाल होवे कीर्तन सदा वसोवा हर गुरु नानक नाम लेवा के घर में लोग सचखंड श्री हरिमंदर साहब के दर्शन बंगला साहब के दर्शन करके अते हुण हेमकुंट साहब तो जो सीधा प्रसारण हो रहा है
इतनी वड्डी गिनती विच लोग सुनते हैं कि जो टीआरपी की फिगर आती है, रेटिंग आती है, तो चढ़ती कला टाइम टीवी उत्ते दशमेश पिता की महिमा सुनने वाले की गिनती लखां विच नहीं होंगी, करोड़ों विच होंदी है। ये संत अत्र सिंह जी महाराज का लाया हुआ बूटा विद्या की लहर 1898 विच पहला खालसा स्कूल श्री मान संत अत्र सिंह जी ने साढ़े बजुर्गों के शीस उत्ते मिहरबर हाथ रख के शुरू करवाया सी। मेरे ग्रैंड फादर ने दिल्ली में जितने भी गुरु हरकृष्ण पब्लिक स्कूल तुसी देख रहे हो, जितने विद्यक अदारे देख रहे हो, पहले प्रधान दिल्ली गुरुद्वारा प्रबंधक कमेटी के मेरे नाना जी बख्शी गुरचरण सिंह जी बने। आज़ादी तो बाद 11 साल सेवा की, हुण सतगुरु ने सानू सेवा दी। मैं सारी संगत का बहुत बहुत धन्यवाद करता हाँ, खास करके जथेदार श्री अकाल तख्त साहब सिंह साहब ज्ञानी गुरबचन सिंह जी जो हमेशा हमेशा चढ़ती कला परिवार के उत्ते मेहर भरे हथ रखते हैं। साढ़े गरीबान ने घर आ के भी सानू असीसा देते हैं। इसी तरह सिंह साहब ज्ञानी जगतार सिंह जी हैड ग्रंथी गए हैं जो बहुत ही कृपा करते हैं साढ़े उत्ते। तो मेरे गुर भाई भाई साहब भाई गोबिंद सिंह जी लौंगोवाल जो सिख पंथ की समान मती संस्था के मुखी बने हैं, तो मैं इन्होंने कहा कि चढ़ती कला अखबार चढ़ती कला टाइम टीवी ढाल बन के अपने प्यारे पंथ की राखी करेगा। जो गुरु दशमेश पिता ने साड़ी सेवा लाई है, अरदास करो जीवन पर्यंत असी इसे तरह सेवा करते रहिए अपने प्यारे पंथ की जो सतगुरु ने सानू विरासत दिती है। मेरे बच्चे भी, मेरी बेटी डॉक्टर इंद्रप्रीत कौर संसार दे विच इसने नाम पैदा किया है, डॉक्टरेट इसनों मिली है अमरीका दे विच थायराइड ते शुगर दीयां बीमारियां दी, और 7 साल अमरीका च पढ़ के फिर अपने प्यारे पंजाब की अपनी कौम की सेवा करन लई आई है। सरदारनी जसविंदर कौर 12 विद्यक अदारे श्री गुरु हरकृष्ण पब्लिक स्कूल ते कॉलेज चला रहे हैं, वह भी आए हैं, इन्हों नूं भी आसीस दिओ। मेरा भतीजा सरदार अमृतपाल सिंह ये दिन रात 24 घंटे गुरद्वारा बंगला साहब दिल्ली विच सेवा करता है, इस नूं भी आसीस दिओ। बहुत बहुत धन्यवाद सारिया संगतां दा। असी हमेशा हमेशा श्रोमणी गुरद्वारा प्रबंधक कमेटी, श्रोमणी अकाली दल, जो खालसा पंथ दीआं नुमाइंदा जथेबंदियां हन जिन्हां दी शुरुआत साढ़े उत्ते दशमेश पिता ने बख्शिश करके साढ़े घरों करवाई सी, श्रीमान संत अत्र सिंह जी महाराज, श्रीमान पंथ रतन, श्रीमान मास्टर तारा सिंह जी, इन्हां शब्दां नाल मैं सारी संगत नूं धन्यवाद करदा होया खिमा मंगदा हाँ। वाहिगुरू जी का खालसा, वाहिगुरू जी की फतह। क्योंकि श्री दरबार साहब के परिक्रमा विच सुशोभित है उस महान स्थान ते घल्लूकारा सप्ताह मना रही संगतां बड़ा ही इतिहासक समय है। इस समय ते बहुत ही सत्कारयोग श्रोमणी गुरद्वारा प्रबंधक कमेटी के प्रधान साहब भाई गोबिंद सिंह जी लौंगोवाल साहब ने यह तस्वीर अज लाने का जरा फैसला किया। श्रोमणी गुरद्वारा प्रबंधक कमेटी का बहुत परोपकारी ते इतिहासक फैसला इस समय ते बहुत ही सत्कारयोग सिख कौम की मायानाज हस्ती तखत आपका जहदार साहबान बैठे ने, उस तो अलावा प्रधान साहब आप इत्थे साडे श्रोमणी गुरद्वारा प्रबंधक कमेटी ने चंगा फैसला किया। क्योंकि श्रोमणी गुरद्वारा प्रबंधक कमेटी शहीदों का सत्कार करती है, श्रोमणी गुरद्वारा प्रबंधक कमेटी शहीदों का सन्मान करती है। सो सहदार गुरदेव सिंह जी कौंके साहब जिन्होंने बारे सिख साहब आप जी नाल वचन सांझे करके गए ने कि जिन्हों का जीवन जिहड़ा वह धार्मिक तौर पर अपने आप दे विच उन्होंने एक ड्यूटी सांभी सी। सो अज असी ये समझते हैं कि श्रोमणी गुरद्वारा प्रबंधक कमेटी का उन्होंने शहादत को बहुत बड़ा सत्कार है। सो मैं ज़्यादा समा ना लेंदा होया बहुत बहुत धन्यवाद करदा मुड़ तो भाई गोबिंद सिंह जी लौंगोवाल साहब का, अधिकारी साहबान का, सिख साहबान का जिन्हां ने अज ये फैसला किया। उन्होंने समुचे परिवार वालों मैं जिवें पहला जिक्र किया कि हरी सिंह जी आए हैं, उन्होंने नाल इतों के सरपंच साढ़े मनजिंदर सिंह जी आए हैं, होर बड़ी वड्डी पद्धर से संगत आई है। इस समय तो शहीद भाई ज्ञान सिंह जी के सपुत्र गुरप्रीत सिंह जी बैठे ने, तो अज मेरे तो पहला तो मुखावत हो के गए हैं जिन्होंने अपना अपना पिता पुरख ही जरा जरा इन परंपरा वा उन्होंने कौम के धर्म वास्ते वारी है तो उन्होंने लाई है। तो अज भी सरदार जगजीत सिंह जी दर्दी साहब उस चढ़ती कला जो पिता ने गुरु साहब तो प्राप्त की थी उसनों बुलंद कर ली, अज भी सिख कौम की बहुत वड्डी महान सेवा कर रहे हैं, वह भी आए हैं, उन्होंने समुचा परिवार आया। मैं इस शुभ मौके पर बहुत बहुत मुबारकबाद दिता हुआ फतेह बुलावा जी। वाहिगुरू जी का खालसा, वाहिगुरू जी की फतेह। परम सत्कारयोग जथेदार
श्री अकाल तख्त सिंह साहब ज्ञानी गुरबचन सिंह जी, सिंह साहब ज्ञानी पूर्ण सिंह जी और डॉक्टर इंद्रजीत कौर पिंगलवाड़े के जो मुख्य संचालक हैं, तो मैंबर श्रोमणी गुरुद्वारा प्रबंध कमेटी साहबान, चीफ सैकटरी साहबान, सारे अधिकारी श्रोमणी गुरुद्वारा प्रबंध कमेटी, तो तिने ही महान शख्सियत परिवार तो समुची संगत कार सेवा वाले बाबे और सारे दास की हाजिरी लवाओ। वाहिगुरू जी का खालसा, वाहिगुरू जी की फतेह। सो अज कौम दियां तीन महान शख्सियतां जिन्होंने कौम के वास्ते पंथ के वास्ते बड़िया कुरबानियां कीतियां, उन्हां संघर्षां दे विच अपने जीवन का योगदान पाया। मेरे तो पहला और ज्ञानी हरनाम सिंह के बेटे सरदार जगजीत सिंह दर्दी साहब ने बड़े विस्तार दे नाल उन्होंने कंबां बारे ते उन्होंने जीवन बारे जिस तरह उन्होंने देश की आज़ादी लई और श्रोमणी अकाली दल के संघर्षों के भावें पंजाबी सूबा सी भावें कोई होर संघर्ष सी उन्हां समय दे विच बड़ा जिहड़ा सी योगदान पाया। इस तरह और साढ़े श्रोमणी कमेटी के मैंबर गरेवाल साहब ने उन्हां शहीदों प्रति जिन्होंने साढ़े सिख संघर्षों के लिए कौम के लिए बड़िया कुरबानियां कीतियां, शहादत पाईया, अपना जीवन जिहड़ा है कौम के लेखे लाया, उन्होंने बारे भी उन्होंने बहुत सारिया गल्लां कीतियां ने। मैं समझदा कि यह सिख कौम का एक सरमाया है और केंद्रीय सिख अजायब घर के शख्सियतियां तस्वीर सुरबत होंदिया ने और जिन्होंने कौम लई देश लई जा किसी बड़िया गल्लां कीतियां हो उन्हां लोगां दियां जिहड़ियां तस्वीरां ने जिहड़ियां इस सिख अजायब घर के लाइया जाइन जिहड़ियां हमेशा और मार्गदर्शन बनदियां ने साडे सिख समाज का। सो अज मैं जिथे सारे उन्हां सारे परिवारां नूं भी तिन्हां शख्सियतां नूं उन्हां नूं बधाई भी दिंदा हाँ कि उन्हां महान शख्सियतां यानी हरनाम सिंह जी और जिहदा गुरदेव सिंह कहो कि इस तरह शहीद ज्ञान सिंह जी इन्होंने शहादत दिती है, सिंह साहब भी गए शहीद गुरदेव सिंह जी रहे। सो उन्होंने मैं अपनी श्रद्धा से सत्कार अर्पण करता होया जिन्नी भी सारी संगत आई है सारियां का बहुत बहुत धन्यवाद। वाहिगुरू जी का खालसा, वाहिगुरू जी की फतह। माननीय प्रधान साहब ने बहुत ही संखेप शब्दों में जो ये संबंधित तस्वीर के बारे दसिया, सो मैं बहुत ही सत्कार सत्कार सहित निमंत्रता सहित सिंह साहब ज्ञानी गुरबचन सिंह जी जिसका श्री अकाल तख्त साहब चरणों में बेनती करता कि वह आके जो आई तस्वीर इतने शोध की जा रही हैं उन्होंने बारे विचार साझा करे। बोले सो निहाल सज बैठी परम सत्कार योग गुरु खालसा साध संगत जी, वाहेगुरु जी का खालसा, वाहेगुरु जी की फतेह। श्रोमणी गुरुद्वारा प्रबंधक कमेटी शहीदां दी जथेबंदी है, इस करके शहीदां दा सत्कार करना, शहीदां दे परिवारां दा मान सत्कार करना ये श्रोमणी गुरुद्वारा प्रबंधक कमेटी अपना मुढ़ला फर्ज समझदी है। उस फर्ज के अनुसार श्रोमणी गुरुद्वारा प्रबंधक कमेटी वालों एग्जैक्टिव दे विच ये मता पास किया गया कि बहुत ही सत्कारित हस्तियां जिन्हां दे विच शहीद भाई गुरदेव सिंह जी कौंके, शहीद भाई ज्ञान सिंह जी और ज्ञानी हरनाम सिंह जी दर्दी जिन्होंने पंथ की चढ़ती कला के वास्ते गुरमत के प्रचार ते प्रसार वास्ते बहुत बड़िया सेवावां निभाईया जो मेरे तो पहलो आप जी बुलारियां दे पासो सरवण कर चुके हो। सरदार जगजीत सिंह जी दर्दी परिवार समेत हाजिर ने 52 साल पहलों जिन्हों के परिवार ने ज्ञानी हरनाम सिंह जी ने चढ़ती कला ये साला आरंभ करके उसनू रोजाना अखबार का रूप दिता
और टाइम टीवी नाल आरंभ करके देश विदेश में सिखी का प्रचार ते प्रसार करन वास्ते बहुत बड़िया सेवावां निभाईयां। शहीद भाई गुरदेव सिंह जी जिन्हां ने पंथ दे वास्ते बहुत बड़िया कुर्बानियां कीतियां, पै काहू को देत नह नह पै मानत आन, पावन गुरबाणी दियां पंक्तियां दे अनुसार ना उन्होंने कदे किसी दे धक्का किया ना ही धक्का सहन किया। और ज्ञानी ज्ञान सरदार ज्ञान सिंह जी शहीद, क्योंकि शहीद कौमां दा सरमाया होया करदे ने, ओ कौम हमेशा चढ़दी कला विच रहिंदी है जिहड़ी अपने शहीदां नूं याद करदी है। इस करके अज तिन्हां महान शख्सियतां दे परिवार इत्थे हाजर ने, सरदार हरी सिंह जी कौम के यानी जगजीत सिंह जी दर्दी साहिब, सरदार हरप्रीत सिंह जी, और उन्हां दियां तस्वीरां तो पर्दा कशी करन वास्ते जिथे वड्डी गिनती संगतां हाजर ने, सत्कारयोग सिंह साहिब ज्ञानी पूर्ण सिंह जी, साबका हैड ग्रंथी साहिब, साबका जथेदार श्री अकाल तख्त साहिब, प्रधान श्रोमणी गुरद्वारा प्रबंधक कमेटी भाई गोबिंद सिंह जी लौंगोवाल, सरदार जगजीत सिंह जी दर्दी, बाबा सिंह जी गुमानपुरा, इस तरह ही सरदार गुरचरण सिंह जी गरेवाल, और मेहता साहब सरदार रजिंदर सिंह जी, सकत्र साहबान, मैनेजर साहबान, वड्डी गिनती सारा स्टाफ है दा सारियां दा ही धन्नवादी है, क्योंकि समा बहुत हो चुका है। और विशेष करके डॉक्टर बीबी इंद्रजीत कौर जी मुखी इंटरनेशनल पिंगलवाड़ा भी विशेष करके शहीदां नूं सत्कार देण वास्ते हाजिर होए ने, दास उन्हां दा भी धन्नवादी है। और महापुरस्कार सेवा वाले बाबा सुखविंदर सिंह जी, बाबा हरभजन सिंह जी पहलवान साहब, उन्हां दे वल्लों भी संगतां हाजिर होईयां ने, इतने शब्द प्रवान करदे हुए बुलाओ जी, वाहिगुरू जी का खालसा, वाहिगुरू जी की फतेह। तस्वीर तो परदा हटाउण दी रसम श्री अकाल तख्त साहिब जी दे जथेदार सिंह साहिब ज्ञानी गुरबचन सिंह अते श्रोमणी कमेटी प्रधान भाई गोबिंद सिंह जी लौंगोवाल ने सांझे तौर ते निभाई। इस मौके केंद्रीय सिख अजायब घर विखे ज्ञानी हरनाम सिंह जी दी तस्वीर दे नाल नाल दो होर कौमी शख्सियतां शहीद भाई गुरदेव सिंह कौंके, शहीद भाई ज्ञान सिंह जी दीआं तस्वीरां वी सुशोभित कीतीआं गईआं। इस मौके ज्ञानी हरनाम सिंह जी दे परिवार दे हाजर मैंबरां, चढ़दी कला ग्रुप के चेयरमैन सरदार जगजीत सिंह दर्दी, मैडम जसविंदर कौर दर्दी, चढ़दी कला टाइम टीवी के डायरैक्टर हरप्रीत सिंह दर्दी, सतबीर सिंह दर्दी, डॉक्टर इंद्रप्रीत कौर अते अमृतपाल सिंह जी का विशेष सम्मान भी किया गया। बोले सो निहाल, बोले सो निहाल। मैं बेनती करांगा सिंह साहब जी नूं, माननीय प्रधान साहब नूं, कि जो संबंधित परिवार ने उन्हां नूं जो सरोपा साहब की बख्शिश करन दी कृपालता करन। माननीय सिंह साहब और माननीय प्रधान साहब जी दा नाम जो सब तो पहला भाई हरनाम सिंह जी दर्दी के परिवार के जो मैंबर साहबान ने उन्होंने नाम मैं बोलना, उन्होंने जो है वह सरोपा देने की जो बख्शिश है वो कह रहे हैं। मानजोग सिंह साहब और मानजोग प्रधान साहब जी, सरदार जगजीत सिंह जी दर्दी, बीबी जसविंदर कौर जी दर्दी, हरप्रीत सिंह जी, सतबीर सिंह जी, डॉक्टर इंद्रप्रीत कौर, सरदार अमृतपाल सिंह जी दर्दी, श्री दीपक जदका जी, श्री बबलू महाजन जी, सरदार गौरवजीत सिंह जी, सरदार परमजीत सिंह जी, सरदार हरप्रीत सिंह जी, सरदार गुरदयाल सिंह जी, सरदार दविंदर सिंह जी, सरदार सुखविंदर सिंह जी, सरदार सुरिंदर सिंह जी। बोले सो निहाल, बोले सो निहाल,
ਭਾਈ ਮਨਜਿੰਦਰ ਸਿੰਘ ਜੀ ਸਰਪੰਚ ਕੌਂਕੇ, ਸਰਪ੍ਰੀਤ ਸਿੰਘ ਜੀ ਕੌਂਕੇ, ਸਰਦਾਰ ਵਜੀਤ ਸਿੰਘ ਜੀ ਔਰ ਭਾਈ ਗੁਰਚਰਨ ਸਿੰਘ ਜੀ ਗਰੇਵਾਲ, ਜਿਨ੍ਹਾਂ ਨੇ ਤਸਵੀਰ ਵੱਲ ਬਹੁਤ ਮਹੱਤਵਪੂਰਨ ਜੋ ਹੈ ਰੋਲ ਅਦਾ ਕੀਤਾ। ਭਾਈ ਗੁਰਚਰਨ ਸਿੰਘ ਜੀ ਗਰੇਵਾਲ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਸੋਪੇ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨ। ਗਿਆਨੀ ਹਰਨਾਮ ਸਿੰਘ ਜੀ ਵੱਲੋਂ ਪੰਜਾਬੀ ਸੂਬੇ ਦੀ ਕਾਇਮੀ ਲਈ ਕੀਤੇ ਗਏ ਸੰਘਰਸ਼, ਸਿੱਖ ਪੰਥ ਪ੍ਰਤੀ ਕੀਤੀਆਂ ਕੁਰਬਾਨੀਆਂ ਅਤੇ ਮਹਾਨ ਸੇਵਾਵਾਂ ਬਦਲੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼ੋਭਿਤ ਕਰਨਾ ਸੱਚਮੁੱਚ ਹੀ ਬੜਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਥ ਦੀ ਚੜ੍ਹਦੀ ਕਲਾ ਵਿੱਚ ਰੱਖਣ ਦੀ ਪ੍ਰੇਰਣਾ ਸਦਾ ਹੀ ਮਿਲਦੀ ਰਹੇਗੀ।